ਅਸਲਾਮ ਅਲੈਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਐਂਟੀਕ ਪਾਕਿਸਤਾਨ ਅਤੇ ਮੈਂ ਤੁਹਾਡਾ ਹੋਸਟ ਕਮਰ ਸ਼ਹਿਜ਼ਾਦ। ਨਾਜ਼ਰੀਨ, ਮੇਰੇ ਨਾਲ ਇਸ ਵੇਲੇ ਇੱਕ ਸਰਦਾਰ ਫੈਮਿਲੀ ਬੈਠੀ ਹੈ ਜਿਹੜੀ ਕਿ ਇੱਥੇ ਸ਼ੋਪਿੰਗ ਕਰ ਰਹੀ ਹੈ ਨਨਕਾਣਾ ਸਾਹਿਬ ਵਿੱਚ, ਅਤੇ ਆਓ ਇਹਨਾਂ ਨਾਲ ਕੁਛ ਆਪਣੇ ਵਿਚਾਰ ਸਾਂਝੇ ਕਰਨੇ ਵਾਂ ਕਿ ਇਹ ਨਨਕਾਣਾ ਸਾਹਿਬ ਜਦੋਂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ 'ਤੇ ਇੱਥੇ ਆਏ ਨੇ, ਅਤੇ ਜਿਹੜੀਆਂ ਯਾਦਾਂ ਹੁੰਦੀਆਂ ਨੇ ਨਾਜ਼ਰੀਨ, ਉਹ ਚਾਹੇ ਸੁੱਖ ਦੀਆਂ ਹੋਣ ਜਾਂ ਦੁੱਖ ਦੀਆਂ ਹੋਣ, ਉਹ ਬੜੀਆਂ ਤਲਖ ਹੁੰਦੀਆਂ ਨੇ, ਅਤੇ ਇਨਸਾਨ ਨੂੰ ਜੇ ਚੰਗੀਆਂ ਹੋਣ ਤਾਂ ਫਿਰ ਵੀ ਯਾਦ ਆਉਂਦੀਆਂ ਨੇ, ਅਤੇ ਜੇ ਮੰਦੀਆਂ ਹੋਣ ਜੇ ਦੁਖੀ ਹੋਣ ਤਾਂ ਫਿਰ ਵੀ ਇਨਸਾਨ ਨੂੰ ਯਾਦ ਆਉਂਦੀਆਂ ਨੇ। ਅਤੇ ਇਹਨਾਂ ਤੋਂ ਪੁੱਛਣੇ ਹਾਂ ਕਿ ਇਹ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਨਗਰੀ ਹੈ, ਇੱਥੇ ਕੀ ਛੱਡ ਕੇ ਜਾ ਰਹੇ ਨੇ ਅਤੇ ਇੱਥੋਂ ਕੀ ਲੈ ਕੇ ਜਾ ਰਹੇ? ਆਪਣਾ ਕੀ ਨਾਂ ਹੈ ਅਤੇ ਕਿੱਥੋਂ ਆਏ ਹੋ ਜੀ? ਹਾਂਜੀ, ਮੇਰਾ ਨਾਮ ਕੁਲਵੰਤ ਕੌਰ ਹੈ ਜੀ, ਅਤੇ ਅਸੀਂ ਹੁਸ਼ਿਆਰਪੁਰ ਤੋਂ ਆਏ ਹਾਂ। ਹੁਸ਼ਿਆਰਪੁਰ? ਹਾਂਜੀ। ਅੱਛਾ, ਪਹਿਲੀ ਦਫ਼ਾ ਆਏ ਹੋ ਸ੍ਰੀ ਨਨਕਾਣਾ ਸਾਹਿਬ? ਨਹੀਂ ਜੀ, 15 ਸਾਲ ਹੋ ਗਏ ਨੇ ਸਤਿਗੁਰ ਕਿਰਪਾ ਕਰਦੇ ਨੇ। ਅਤੇ ਹਰ ਦਫ਼ਾ ਜਦੋਂ ਤੁਸੀਂ ਆਉਂਦੇ ਹੋ ਜੀ, ਅਤੇ ਜਦੋਂ ਵਾਪਸ ਜਾਂਦੇ ਹੋ, ਤੁਹਾਡੇ ਕੀ ਜਜ਼ਬਾਤ ਹੁੰਦੇ ਨੇ? ਕੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਛੱਡ ਕੇ ਜਾਂਦੇ ਹੋ ਅਤੇ ਕੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਲੈ ਕੇ ਜਾਂਦੇ ਹੋ? ਸਾਨੂੰ ਬਹੁਤ ਰੋਣਾ ਹੁੰਦਾ, ਸਾਨੂੰ ਬਹੁਤ ਯਾਦ ਆਉਂਦੀ ਹੈ, ਸਾਡਾ ਦਿਲ ਨਹੀਂ ਕਰਦਾ ਇੱਥੋਂ ਜਾਣ 'ਤੇ, ਕਿਉਂਕਿ ਸਾਡੇ ਬਜ਼ੁਰਗ ਵੀ ਇੱਥੋਂ ਹੀ ਗਏ ਨੇ, ਮੱਥੇ ਦੁਸ਼ਹਿਰੇ ਵਿਰਕਾ ਤੋਂ, ਜਿਲ੍ਹਾ ਗੁਜਰਾਂ ਵਾਲੇ ਤੋਂ। ਹਾਂਜੀ, ਅਤੇ ਉਹਨਾਂ ਨੇ ਮੈਨੂੰ ਐਡਰੈਸ ਵੀ ਦਿੱਤਾ ਸੀ ਮੇਰੇ ਤਾਇਆ ਜੀ ਨੇ, ਮੇਰੇ ਪਿਤਾ ਜੀ ਨੇ ਘਰ ਦਾ, ਅਜੇ ਉਸ ਸਾਡੇ ਘਰ ਵਿੱਚ ਕੋਈ ਨਹੀਂ ਵਸਿਆ, ਉਹ ਬੈਠਕ ਵੀ ਉੱਦਾਂ ਹੀ ਖੜੀ ਉੱਤੇ ਰਲਾ ਸਿੰਘ ਵਿਰਕ ਲਿਖਿਆ ਹੋਇਆ। ਅਤੇ ਅਸੀਂ ਇੱਥੋਂ ਸੱਚੇ ਪਾਤਸ਼ਾਹ ਜੀ ਕੋਲੋਂ, ਸਾਨੂੰ ਸਾਡੇ ਤੋਂ ਵਿਛੋੜਾ ਚੱਲਿਆ ਨਹੀਂ ਜਾਂਦਾ ਜਦੋਂ ਅਸੀਂ ਜਾਂਦੇ ਹਾਂ, ਸਾਨੂੰ ਬਹੁਤ ਇੱਥੇ ਅਦਰ ਸਤਿਕਾਰ ਮਿਲਦਾ, ਬਹੁਤ ਪ੍ਰੇਮ ਮਿਲਦਾ, ਇੱਥੋਂ ਵਰਗਾ ਪ੍ਰੇਮ ਸਾਨੂੰ ਕਦੇ ਭੁੱਲਣਾ ਨਹੀਂ, ਹੋ ਸਕਦਾ ਇੰਡੀਆ ਵਿੱਚ ਕਦੇ ਨਾ ਮਿਲਿਆ ਹੋਵੇ ਜਾਂ ਘਰਦਿਆਂ ਤੋਂ ਵੀ ਕਦੇ ਨਾ ਮਿਲਿਆ, ਬਹੁਤ ਜ਼ਿਆਦਾ ਸੇਵਾ ਹੁੰਦੀ ਹੈ, ਬਹੁਤ ਜ਼ਿਆਦਾ ਸਾਡੀ ਹਵਾਸ਼ਿਤ ਵੇਖੋ, ਸਕਿਉਰਟੀ ਲੈ ਕੇ ਤਾਂ ਸਾਨੂੰ ਲੈ ਕੇ ਜਾਂਦੇ ਨੇ ਕਿਸੇ ਸਥਾਨ 'ਤੇ, ਉੱਥੋਂ ਵੀ ਜਦੋਂ ਅਸੀਂ ਇੱਧਰ ਕਰ ਲੈਂਦੇ ਹਾਂ ਪ੍ਰਵੇਸ਼ ਪਾਕਿਸਤਾਨ ਵਿੱਚ, ਪੂਰੀ ਸਾਡੀ ਹਵਾਸ਼ਿਤ ਰੱਖਦੇ ਨੇ, ਸਾਨੂੰ ਆਂਚ ਨਹੀਂ ਆਉਣ ਦਿੰਦੇ, ਦਿਨ ਰਾਤ ਸਾਡੇ ਉੱਤੇ ਖੜ ਕੇ ਅਤੇ ਸਾਡੀ ਜ਼ਿੰਮੇਵਾਰੀ ਸਮਝਦੇ। ਅੱਛਾ ਮਾਈ ਦੇ, ਤੁਹਾਨੂੰ ਦੁਕਾਨ ਤੋਂ ਕੀ ਖਰੀਦ ਰਹੇ ਹੋ? ਇਹ ਦੁਕਾਨ ਤੋਂ ਇਹਨਾਂ ਨਾਲ ਮੇਰਾ ਬਹੁਤ ਪ੍ਰੇਮ ਹੈ, ਇਹ ਵੀ ਉੱਧਰ ਹੀ ਆਏ ਹੋਏ ਨੇ ਹੁਸ਼ਿਆਰਪੁਰ ਤੋਂ ਹੀ, ਅਤੇ ਇਹਨਾਂ ਨੇ ਇਹ ਮੈਨੂੰ ਬਿਲਕੁਲ ਵੱਧ ਰੇਟ ਨਹੀਂ ਲਾਉਂਦੇ, ਅਤੇ ਮੇਰੀ ਇੰਨਾ ਅਦਬ ਕਰਦੇ ਨੇ ਕਿ ਮਾਂ ਜੀ ਜੋ ਤੁਸੀਂ ਕਹਿ ਦਿਓਗੇ ਅਸੀਂ ਉਹ ਹੀ ਕਰਾਂਗੇ। ਰਹਿਤ ਰੂਤ ਕਰ ਦਿੰਦੇ ਨੇ ਜੀ? ਰਹਿਤ ਕਰਦੇ ਨੇ, ਪੂਰਾ ਰਹਿਤ ਕੀਤਾ ਮੈਨੂੰ, ਰਾਤ ਪੰਡ ਕੱਪੜਿਆਂ ਨੂੰ ਦਿੱਤੀ ਹੈ, ਪੂਰਾ ਰਹਿਤ ਕੀਤਾ, ਪੂਰਾ ਮੈਨੂੰ ਮਾਂ ਸਮਝਦੇ ਨੇ, ਫੁੱਫੋ ਸਮਝਦੇ ਨੇ, ਜੋ ਇਹਨਾਂ ਦਾ ਅੰਦਰ ਰੱਬ ਵੱਸਦਾ ਉਹ ਬਿਲਕੁਲ ਮੈਨੂੰ ਮੇਰੇ ਨਾਲ ਤਾਂ ਬਿਲਕੁਲ ਨਹੀਂ ਕਰਦੇ। ਹੁਣ ਮੈਂ ਆਪਣੇ ਵੀਰਾਂ ਲੈ ਕੇ ਆਈਆਂ ਤਿੰਨ। ਮਿਹਰਬਾਨੀ ਸਰ ਜੀ, ਆਪਣਾ ਕੀ ਨਾਂ ਹੈ ਅਤੇ ਕਿੱਥੋਂ ਆਏ ਹੋ ਜੀ? ਮੇਰਾ ਨਾਂ ਰਾਮ ਸਿੰਘ ਹੈ, ਅਸੀਂ ਹੁਸ਼ਿਆਰਪੁਰ ਤੋਂ ਆਏ ਹੋਏ ਹਾਂ। ਹਾਂਜੀ। ਅਤੇ ਸਰਦਾਰ ਜੀ, ਕੀ ਲੈ ਕੇ ਚੱਲੇ ਹੋ ਨਨਕਾਣਾ ਸਾਹਿਬ ਦੀ ਧਰਤੀ ਤੋਂ, ਔਰ ਕਿਹੜੀਆਂ ਯਾਦਾਂ ਆਪਣੀਆਂ ਇੱਥੇ ਛੱਡ ਕੇ ਚੱਲੇ ਹੋ? ਇੱਥੋਂ ਅਸੀਂ ਲੈ ਚੱਲੇ ਹਾਂ ਪਿਆਰ ਔਰ ਸਤਿਕਾਰ ਤੁਹਾਡਾ, ਅਤੇ ਬਾਕੀ ਅਸੀਂ ਤੁਹਾਨੂੰ ਆਪਣੇ ਅਲੋ ਨਾ ਅੰਦਰੋਂ ਅਦਬ ਦੇ ਨਾਲ ਨਾ ਸਾਡੇ ਜਿਹੜੇ ਦਿਲ ਆ ਉਹ ਰੋ ਰਿਹਾ, ਜਿਹੜੇ ਜਿਹਾ ਯਾਰ ਰਹੇ ਆ ਕਿ ਸਾਡਾ ਵਿਛੋੜਾ ਲੱਗਦਾ, ਵਿਛੋੜਾ ਤਾਂ ਜਿਹੜਾ ਆਪਣਾ ਦੀਵਾਰ ਬਣ ਗਈ ਹੈ, ਇਹਨੂੰ ਸਾਡੇ ਨਫ਼ਰਤ ਜਿਹੜੀ ਪਾਈ ਹੋ ਆ, ਇਹ ਸਾਡੀਆਂ ਸਿਆਸਤਾਂ ਕੌਮਾਂ ਦੀਆਂ ਸਰਕਾਰਾਂ ਦੀਆਂ, ਪਰ ਸਾਡਾ ਤੁਹਾਡਾ ਪਿਆਰ ਬਹੁਤ ਹੈ। ਸਰਦਾਰ ਜੀ, ਕਦੀ ਜਾ ਕੇ ਉੱਥੇ ਦਿਲ ਕਰਦਾ ਹੈ ਕਿ ਕਾਸ਼ ਨਨਕਾਣੇ ਦੀ ਧਰਤੀ ਹੁੰਦੀ ਹੈ ਤਾਂ ਅਸੀਂ ਵੇਖ ਸਕਦੇ? ਇਹ ਤਾਂ ਸਾਡੇ ਜਿਨ ਹੁਣ 60-62 ਸਾਲ ਦੀ ਉਮਰ ਹੋ ਗਈ ਹੈ, ਸਾਡੇ ਪਹਿਲੇ ਤੋਂ ਬੜਾ ਸੀ, 3 ਵਾਰੀ ਵੀਜ਼ਾ ਲਾਉਣ ਨੂੰ ਵਿਆਹ ਨਹੀਂ ਲੱਗਾ, ਐਕੀ ਵਾਹਿਗੁਰੂ ਨੇ ਅੱਲਾ ਦੁਆਰਾ ਦੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਚਾਂਸ ਮਿਲਿਆ, ਅਤੇ ਆਪਣਾ ਬਹੁਤ ਮਨ ਖੁਸ਼ ਹੈ। ਅੱਜ ਦੇ ਦਿਨ ਆਪਾਂ ਤਿੰਨ ਖੁਸ਼ੀਆਂ ਮਿਲੀਆਂ, ਇੱਕ ਸਾਡੀ ਸਰਕਾਰਾਂ ਨੇ ਪਾਇਆ ਸੀ, ਮੋਦੀ ਸਰਕਾਰ ਨੇ, ਉਹ ਵੀ ਸਾਡੀ ਫਤਿਹ ਹੋਈ ਆ, ਇੱਥੇ ਹੁਣ ਤੁਹਾਡੇ ਨਾਲ ਮੇਲ ਮਿਲਾ ਕੇ ਉਹ ਵੀ ਫਤਿਹ ਹੋਈ ਆ, ਇੱਕ ਪਾਤਸ਼ਾਹ ਦੇ ਜਨਮ ਦਿਨ 'ਤੇ ਆਪਾਂ ਸਾਰੇ ਖਰਬ ਕੇ ਭੈਣਾਂ ਭਰਾਵਾਂ ਦੇ ਵਾਂਗ ਅਸੀਂ ਰਹਿੰਦੇ ਹੈਗੇ, ਸਾਡਾ ਮਨ ਇੰਨਾ ਖੁਸ਼ ਆ ਵੀ ਬਹੁਤ ਜ਼ਿਆਦਾ, ਇਹ ਕਹਿ ਨਹੀਂ ਸਕਦੇ। ਮਿਹਰਬਾਨੀ ਸਰਦਾਰ ਜੀ। ਨਾਜ਼ਰੀਨ, ਚਾਹੇ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ, ਜਿਹੜੀ ਦੋਨੇ ਪੰਜਾਬਾਂ ਦੀ ਬੋਲੀ ਹੈ ਉਹ ਇੱਕ ਹੀ ਹੈ, ਦੋ ਪਾਰਟ ਬਣਾਤਾ ਹੈ, ਅਤੇ ਸਰਦਾਰ ਹੋਰੀ ਕਹਿ ਰਹੇ ਨੇ ਕਿ ਇੱਕ ਜਿਸਮ ਦੇ ਦੋ ਹਿੱਸੇ ਬਣ ਗਏ ਨੇ। ਚਲੋ ਸਰਦਾਰ ਜੀ, ਅਸੀਂ ਤਾਂ ਤੁਹਾਡੇ ਲਈ ਇਹੀ ਦੁਆ ਕਰ ਸਕਦੇ ਹਾਂ ਕਿ ਅੱਲਾ ਪਾਕ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਪਹੁੰਚਾਵੇ, ਆਸਾਨੀਆਂ ਕਰੇ ਤੁਹਾਡੀ ਮੰਜ਼ਿਲ 'ਚ ਪਹੁੰਚਣ ਲਈ। ਨਾਜ਼ਰੀਨ, ਇਹ ਸੀ ਮੇਰੀ ਅੱਜ ਦੀ ਵੀਡੀਓ, ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਕਰ ਦਿਆ ਜੀ, ਅਤੇ ਮੇਰਾ ਚੈਨਲ ਐਂਟੀਕ ਪਾਕਿਸਤਾਨ ਸਬਸਕ੍ਰਾਈਬ ਕਰ ਦਿਆ ਜੀ। ਤੁਹਾਡਾ ਅਤੇ ਮੇਰਾ ਸੱਚਾ ਰੱਬ ਰਾਖਾ।